उस्ताद, धोंदा है खीरा? खीरा खीरा किधर पैसे? किन्नी क्यों जमीन नाल है मंडी दी? मंडी दी आहो 6 लाख से जमीन भी नाल ही देंगे ना ये देते तो राना फिर आना है नू खाली बच्चा बच्चा खाली बच्चा बच्चा ते जमीन ऐसी आप लेनी है ब्राह्मण ते 6 लाख से पैसे तू बच्चे दे मांग ब्राह्मण नस्ल एनू ब्राह्मण कहने पुत्र बाल मेरे चिट्टे है उन मैं काले किते ने है 1.5 लाख भी मंगे थे ज्यादा ने। सलाम अलैकुम। नहीं जी माशाल्लाह से यहाँ मंडी में बहुत शोर शराबा हो रहा है, सौदे सूदे भी हो रहे हैं और दूध की चुवाई भी हो रही है। कितना दूध देगी जी? तो दूध बेचने अपने वास्ते? ये इस गाय का सौदा चल रहा है जिसके ऊपर इतनी देर से जो है ना वो लड़ाई चल रही है। और अस्सलाम वालेकुम, वेलकम बैक टू अदर वीडियो। आज की वीडियो में इंशाल्लाह ताला आप लोगों को छोटे हल्के इधर उधर के बछड़े सारे दिखाएंगे। और हाँ जी उस्ताद जी पांडा की है दंदो किन्ने पैसे? वे एक दे किन्ने दा की मुर्गा? मुर्गा केड़ा ओ सारे दे किन्ने? वो छोटा जा दे है कभी यार दंदो की है दो खीरे ने ईद पे धोंदे हो जाएंगे? ईद पे धोंदे नहीं होंगे मुझे लग रहा है। वाले 1.20 की हो गए जो 70 के ईद पे मिलते थे वो ईद के अलावा 8 महीने पहले इसे 1.20 के हो गए। 1.20 के हो गए। अब यहाँ से खड़े होके मैं आप लोगों को दिखाता हूँ है कितने से। ये देखें छोटा सा बछड़ा है ठीक है, ये 70 के भी नहीं है यार जनाब। किन्ने पैसे लाए? 70,000 रुपया लाया जनाब जी। किन्ने देना यार? 2.5 लाख हैं? 2.5 लाख ना चोई ना ओ मजाक समझ रहे ना चोई ना तो ओ मजाक समझ ना हां मोर चोई 70,000 रुपए का मजाक समझ रहा है भाई ने 70,000 लगाया कहता 2.5 लाख रुपया। उस्ताद जी छाला छूला मार दे तेनू ही पेगा है। उस्ताद जी किन्ने पैसे? सुन लिया जनाब साकिब। उमर भाई अस्सलाम वालेकुम। उमर भाई क्या है ये? उमर भाई बस पक्का मोल बताना है। मोल भाई करो तो फिर 61 पैंट 1.45 एक पैंतालीस का फाइनल 1.45 दंदो की ये चार है भाई ये खीरे है खीरे ने है जोड़ा किस तरह है जोड़ा किन्ने का जोड़ा की कीमत भाई 280 है फाइनल 2.45 एक 22.5 का एक नहीं यार बड़े पैसे मांग ले ने उमर भाई बहुत पैसे बड़े दिन बाद आए हो मैं थोड़ी
ਨਚਾ ਰੇਟ ਤੁਸੀਂ ਵਧਾ ਦਿੱਤੇ ਨੇ ਯਹਾਂ ਪਰ ਮੁਝੇ ਲਾਤ ਪੜਨੇ ਲੱਗੀ ਸੀ ਪਤਾ ਕਿਤਨੇ ਕਾ ਕਹਿ ਰਹੇ ਤੇ ਬੱਚਾ ਰਹਿਣ ਦੇ ਖੁਰਲੀ ਦੇ ਉਹ ਨਵਾਂ ਹੀ ਐ ਨਵਾਂ ਨੀ ਹੋ ਸਕਦਾ ਸਲਾਮ ਅਲੈਕੁਮ ਇਬਰਾਹਿਮ ਭਾਈ ਸ਼ੁਕਰ ਅੱਲਾ ਕਾ ਭਾਈ ਕੀ ਹੋਇਆ ਇਹ ਪਲਸਤਰ ਹੋਇਆ ਕਿਵੇਂ ਹੋਇਆ ਪਲਸਤਰ ਲੋਕੀ ਕੋਟੇ ਕਰਦੇ ਨੇ ਤੂੰ ਹੱਥ ਕੀਤੀ ਵਾਨਾ ਯਾਰ ਤੁਸੀਂ ਮੈਨੂੰ ਜੁਗਤਾ ਮਾਰਦੇ ਹੋ ਸਾਰੇ ਯਾਰ ਤੂੰ ਲੋਕਾਂ ਨੂੰ ਜੁਗਤਾ ਮਾਰਦਾ ਬੱਚਿਆਂ ਦੀਆਂ ਬਣਾ ਕੇ ਤਸਵੀਰਾਂ ਅੱਗੇ ਤੇ ਬੱਕਰੇ ਲਾ ਦੇਣਾ ਯਾਰ ਇਹ ਪਤਾ ਨਹੀਂ ਕਿਉਂ ਗਿਲਾ ਕਰਦੇ ਰਹਤੇ ਹੈ ਇਬਰਾਹਿਮ ਭਾਈ ਐਕਸੀਡੈਂਟ ਹੋ ਗਿਆ ਥਾ ਯਾਰ ਮਾਫੀ ਮੰਗਣਾ ਜੀ ਅੱਲਾ ਤੋਂ ਮਾਫੀ ਮੰਗਣਾ ਹਾਂਜੀ ਜਨਾਬ ਸਾਹਿਬ ਕਿਤਨੇ ਕਾ 40,000 ਰੁਪਏ ਜਨਾਬ ਕਦੋਂ ਦੇਵੋਗੇ ਭਾਈ ਜਾਨ ਪੈਸੇ ਹੁਣੇ ਹੀ ਦੇਵਾਂਗੇ 40,000 ਰੁਪਿਆ ਦੋ ਤਿੰਨ ਕਿਸ਼ਤਾਂ ਕਰ ਲਓ ਨਾ ਨਹੀਂ ਨਹੀਂ ਇੱਕੋ ਹੀ ਕਿਸ਼ਤ ਨਹੀਂ ਭਾਈ ਜਾਨ ਤਿੰਨ ਕਿਸ਼ਤਾਂ ਕਰੋ ਇੱਕੋ ਹੀ ਕਿਸ਼ਤ ਇੱਕੋ ਹੀ ਕਿਸ਼ਤ ਇੱਕ ਕੌਣ ਦੇ ਦਿਓ ਇੱਕ 4 ਵਜੇ ਇੱਕ 6 ਵਜੇ ਦੋ ਘੰਟੇ ਦਾ ਵਕਫਾ ਪਾ ਲਓ ਐ ਮੈਂ ਤੇਰਾ ਬੰਦ ਕਰਕੇ ਪੁੱਛਣਾ ਕਿ ਕੀ ਕਰਨਾ ਤੂੰ ਇਬਰਾਹਿਮ ਭਾਈ ਇਹ ਵੱਡਾ ਲੈ ਜਾਓ ਖੀਰਾ ਇਹ ਵੱਡਾ ਲੈ ਰਹੀ ਹੈ 2.35 ਮੰਗਦਾ ਪਿਆ ਬਸ ਦੇ ਦਿਓ ਇੱਕ ਦਾ ਪੂਰੇ ਦਾ ਬਕਾਇਆ 1.35 ਭਾਈ ਜਾਨ ਜਾਨਵਰ ਲੈਣ ਆਇਓ ਕਿ ਖੋਵਣ ਆਇਓ ਖੋਣ ਗੱਲ ਐਵੇਂ ਦੀ ਏ ਉਹ ਤੁਹਾਡੇ ਕੋਲੋਂ ਕੋਈ ਖਾਓ ਕੇ ਲੈ ਕੇ ਜਾ ਸਕਦਾ ਹੈ ਭਾਈ ਜਾਨ ਬੱਚਿਆਂ ਦੀ ਹਰਕਤ ਨਾ ਕਰੋ ਮੁੜ ਸੱਟ ਲੱਗ ਜਾਵੇਗੀ ਇਹ ਸੱਤੇ ਹੁਣ ਇਹ ਸੱਤੇ ਫੜਿਆ ਜੇ ਨਾ ਇਹ ਬੱਚਾ ਤੁਸੀਂ ਫੜਾ ਦਿਓ ਸੱਟ ਲੱਗ ਵੀ ਜਾਏਗੀ ਤੇ ਅਸੀਂ ਕਰ ਲਾਂਗੇ ਲਓ ਜੀ ਫੜੋ ਤੁਸੀਂ ਇੱਕ ਦਾ ਦੇ ਦਿਓ ਚੱਲ ਬਈ ਜਨਾਬ 1,00,000 ਰੁਪਏ ਪਕੜਾ ਚਲੇ ਤੁਹਾਡੇ ਪੈਸੇ ਤੁਸੀਂ ਕਿੰਨੇ ਮੰਗਦੇ ਹੋ 95,000 ਮੰਗਿਆ ਤਾਂ ਵੀ ਦੌੜ ਗਿਆ ਬੰਦਾ 95,000 ਰੁਪਏ ਮੰਗਿਆ ਇਹਨਾਂ ਨੇ ਚਲੋ ਜੀ ਆ ਜਾਓ ਸਰ ਜੀ ਕਿੰਨੇ ਪੈਸੇ 86,000 ਓਏ ਇੱਕ ਦਾ ਮੰਗੋ ਨਾਰੇ ਦੋ ਤਿੰਨ ਕਿੰਨੇ ਪੈਸੇ ਖੀਰ ਦੋਂਦਾ ਚਾਹੀਦਾ ਬਾਈ ਜ਼ੁਲਫੀ ਬੁਖਾਰੀ ਜ਼ੁਲਫੀ ਕੇ ਬਛੜੇ ਜੀ ਜ਼ੁਲਫੀ ਕੇ ਬਛੜੇ ਜ਼ੁਲਫੀ ਕਿਤਨੇ ਪੈਸੇ ਸਰ 1.60 ਦੁੰਦਾ ਖੀਰਾ ਵਾਹ ਕਰੀਆ ਵਾਹ ਸਹੀ ਸਹੀ ਦੋਂਦ ਹੋ ਰਿਹਾ ਯਾਰ ਇਹ ਮੈਂ ਕਹਿ ਰਿਹਾ ਨਾ ਦੁੰਦਾ ਹੀ ਹੋ ਗਿਆ ਨਾ ਔਰ ਇਹ ਵਾਲਾ ਇਹ ਵੀ ਇੱਕ ਉਹ ਦੁੰਦਾ ਉਸ ਕੇ ਕਿਤਨੇ ਪੈਸੇ ਉਹਦਾ 2.60 2,60,000 ਰੁਪਇਆ ਪੂਰਾ ਜੀ ਸਹੀ ਹੋ ਗਿਆ ਤੇ ਦੇਣਾ ਕਿੰਨੇ ਦਾ ਫਾਈਨਲ ਫਾਈਨਲ 2.30 ਦਾ ਉਹ ਜਾਣ ਦੇ ਯਾਰ ਸੱਤ ਮਨ ਬੱਚਾ ਪਿਆ ਸਰ ਸੱਤ ਮਨ ਜੀ ਇਹ ਖੀਰਾ ਹੈ ਚਲੋ ਠੀਕ ਹੋ ਗਿਆ ਸਲਾਮ ਅਲੈਕੁਮ ਵਾਲਕ ਸਲਾਮ
ਇਧਰ ਆ ਗਿਆ ਚਲੋ ਉਧਰ ਆ ਗਏ ਮੋੜ ਲੈ ਬਸ ਮਾਸ਼ਾਅੱਲਾ ਤੋਹਫੇ ਓਏ ਕੀ ਹੈ ਮੂੰਹ ਖੀਰਾ ਅਹਿਮਦ ਭਾਈ ਨਹੀਂ ਯਾਰ ਵਾ ਇੱਧਰ ਲਿਆ ਵਾਕੀ ਖੀਰਾ ਯਾਰ ਕਿਤਨੇ ਪੈਸੇ ਹਾਂਜੀ ਕਿਤਨੇ ਪੈਸੇ ਇੱਧਰ ਹੀ ਖੜਾ ਕਰਨਾ ਅਹਿਮਦ ਭਾਈ ਸਾਢੇ ਤਿੰਨ ਮੰਗ ਰਹੇ ਸਾਢੇ ਤਿੰਨ ਨਾਲ ਕਿੰਨੇ ਬੱਚੇ ਨੇ ਨਾਲ ਇੱਕ ਹੀ ਹੋਰ ਕਿੰਨੇ ਨੇ ਭਾਈ ਮਾਰ ਇਹ ਕਹਿ ਹੀ ਸਾਢੇ ਤਿੰਨ ਲੱਖ ਰੁਪਇਆ ਜਿਹਦੇ ਮੁੱਲ ਮੰਗਿਆ ਐਵੇਂ ਤੇ ਨਹੀਂ ਮੰਗਿਆ ਦੇ ਰਹੀ ਹੈ ਇੱਕ ਵੀ ਮਾਲ ਭਾਈ ਬੱਚੋਂ ਕਾ ਸ਼ੌਕ ਜੋ ਹੈ ਨਾ ਆਪਸੇ ਮੁਝੇ ਡਲ ਹੈ ਆਪਕੋ ਪਤਾ ਦੋ ਸਾਲ ਸੇ ਮੈਂ ਬੱਚੇ ਹੀ ਕਰ ਰਹਾ ਹੂੰ ਮੇਰੀ ਬੇਟੀ ਘੁਮਾਤੀ ਹੈ ਲੈ ਕੇ ਹਾਂ ਲੇਕਿਨ ਇਸ ਸਾਲ ਮੈਨੂੰ ਨਹੀਂ ਲੱਗਦਾ ਮੈਂ ਬੱਚਾ ਲੈ ਸਕੂੰਗਾ ਜੋ ਕਾਰੋਬਾਰੀ ਹਾਲਾਤ ਹੈ ਔਰ ਦੋ ਸਾਲ ਤੋਂ ਲੈ ਲਈ ਆ ਇਸ ਦਫਾ ਵੀ ਡੈਡੀ ਬੱਕਰੇ ਢੂੰਡਣਾ ਪੜਨਾ ਲੱਗਦਾ ਹਾਂ ਅਸਲਾਮ ਅਲੈਕੁਮ ਸਾਹਿਬ ਜੀ ਕੀ ਹਾਲ ਹੈ ਠੀਕ ਹੈ ਜੀ ਵਾਲ ਸਲਾਮ ਕੀ ਪੈਸੇ ਮੰਗਦੇ ਹੋ ਜੀ ਭਾਈ ਨਾ ਜੋੜੇ ਦਾ ਕਿੱਲੇ ਦਾ ਨਹੀਂ ਚੌਂ ਦਾ 2.5 ਲੱਖ ਰੁਪਏ ਦਿੰਦੋ ਕੀ ਏ ਚੌਗਾ ਤੇ 2.5 ਲੱਖ ਰੁਪਇਆ ਛਿੱਗਾ ਹੋ ਜਾਣਾ ਹੈ ਉਸਾ ਜੀ ਈ ਤੇ ਅੱਠਾ ਹੋ ਜਾਣਾ ਹੈ ਇਹਦਾ ਦੱਸੋ ਮੁੰਡੇ ਮੁੰਡੇ ਨੂੰ ਘੋਂਟ ਬੈਠੇ ਘੋਂਟ ਤੇ ਰੁਕੇ ਬੈਠੇ ਤੇ ਤੇਰੇ ਤੇ ਭਾਈ ਲੈ ਜੀ ਅਬ ਆਪ ਲੋਗੋ ਕੋ ਦਿਖਾਤੇ ਹੈ ਉਹ ਇਹ ਤਾਂ ਬਹੁਤ ਹੀ ਹਲਕੇ ਹਲਕੇ ਸੇ ਆ ਪੈਸੇ ਹਲਕੇ ਹਲਕੇ ਮੰਗੇਗਾ ਕਿ ਬਹੁਤ ਪੈਸੇ ਮੰਗੇਗਾ 75 75 ਦਾ ਇੱਕ ਦਾ ਜੀ ਆ ਜਨਾਬ ਸਾਕਿਬ ਹਾਂਜੀ 75,000 ਰੁਪਇਆ 45,000 ਦੇ ਸਾਸ ਪੂਰੀ ਲਾਟ ਹੋਣੀ ਚਾਹੀਦੀ ਹੈ ਕਿੰਨੇ ਵਤਨ ਦਾ ਮਤਲਬ ਮੈਜੋਰਿਟੀ ਸੌ ਸੌ ਕਿਲੋ ਦਾ ਗੋਸ਼ਤ 100 ਕਿਲੋ ਗੋਸ਼ਤ ਯਾਨੀ ਕਿ ਕਿੰਨੇ ਦਾ ਦਿਓਗੇ ਕਿਤਨੇ ਕਾ ਮਨ ਹੋ ਗਿਆ ਵਜਨ ਨਿਕਲਣਾ ਵੈਸੇ 60-60 ਕੇਜੀ ਡੇਢ ਮਨ ਗੋਸ਼ਤ ਤਿੰਨ ਮਨ ਤੋਂ ਡੇਢ ਮਨ ਹੀ ਨਿਕਲਣਾ ਹਾਂ ਤੋਂ 500 ਰੁਪਏ ਕਿਲੋ ਗੋਸ਼ਤ ਸਟਨ ਚੱਲ ਰਿਹਾ ਹੈ ਤੋਂ ਕਿੰਨੇ ਪੈਸੇ ਮੰਗ ਰਹੇ ਹੋ ਬਲੈਕ ਕਾਲੇ ਦੇ 70 ਤੇ ਫਾਈਨਲ ਦੇਣਾ ਕਿੰਨੇ ਦਾ ਡੇਢ ਦਾ ਸਹੀ ਹੋ ਗਿਆ ਤੇ ਨਾਲ ਆਲਾ ਦੁੰਦਾ ਦੁੰਦਾ ਪਰਲੇ ਤਰਾਵੇ ਦੁੰਦੇ ਨੇ ਦਕੀਰਾ ਇਹ ਕਾਲਾ ਖੀਰਾ ਕਾਲਾ ਤਰਾ ਖੋਲ ਕੇ ਵਿਖਾਓਗੇ ਜਰਾ ਇਨਕੇ ਪਾਸ ਇੱਕ ਹੀ ਯਹੀ ਖੂਬਸੂਰਤ ਹੈ ਸਭ ਤੋਂ ਮਾਸ਼ਾਅੱਲਾ ਜਨਾਬ ਇਹਦੇ ਕਿੰਨੇ ਕੇ ਪੈਸੇ ਤੁਸੀਂ ਦੱਸੇ ਨੇ ਫਾਈਨਲ ਡੇਢ ਦਾ ਬੜਾਈ ਵੀ ਹੈ ਇਸ ਲਈ ਬਹੁਤ ਉੱਚਾ ਲੱਗ ਰਿਹਾ ਥਾ ਲੇਕਿਨ ਖੈਰ ਬਛੜਾ ਵੈਸੇ ਬਹੁਤ ਖੂਬਸੂਰਤ ਹੈ ਯਹਾਂ ਪੇ ਇਸ ਵਕਤ ਅਗਰ ਮੈਂ ਮੰਡੀ ਕੇ ਰੇਟ ਕੀ ਬਾਤ ਕਰੂੰ ਨਾ ਤੋ ਇੱਕ ਹਲਕੇ ਸੇ ਬਛੜੇ ਯਾਨੀ ਕਿ ਇਹ ਜੋ ਛੋਟੇ ਛੋਟੇ ਬਛੜੇ ਹੈ ਨਾ ਮੈਂ ਆਪ ਲੋਗੋ ਕੋ ਦਿਖਾਤਾ ਹੂੰ ਇਹ ਵਾਲੇ ਬਛੜੇ 100 ਕੇਜੀ ਅਗਰ ਇਨਕਾ ਵਜ਼ਨ ਹੈ ਤੋ ਜੋ ਹਿਸਾਬ ਕਿਤਾਬ ਮੈਨੇ ਔਰ ਜਨਾਬ ਨੇ ਲਗਾਇਆ ਤੋ ਕਿਤਨੇ ਕਾ ਬਣ ਰਿਹਾ ਭਾਈ ਅੱਛਾ ਮੈਂ ਇੱਧਰ ਆ ਕੇ ਬਤਾ ਦੂੰ 30,000 ਰੁਪਏ ਕਾ ਗੋਸ਼ਤ ਪੜ ਰਿਹਾ ਹੈ 100 ਕਿਲੋ ਕਾ ਅਗਰ ਬਛੜਾ ਹੈ ਨਾ ਜ਼ਿੰਦਾ ਤੋ ਉਸਮੇ ਸੇ 30,000 ਰੁਪਏ ਕਾ ਗੋਸ਼ਤ ਯਾਨੀ ਕਿ ਨਿਕਲੇਗਾ ਸਿਰਫ ਅਸਲਾਮ ਅਲੈਕੁਮ ਉਸਤਾਦ ਜੀ ਸ਼ੁਕਰ ਹੈ ਭਾਈ ਇਹ ਹੁਆ ਟੂਟ ਗਿਆ ਥਾ ਭਾਈ ਫ੍ਰੈਕਚਰ ਉਸਤਾਦ ਜੀ ਕੀ ਹੈ ਮੂੰਹ
ਥੋੜਾ ਜਿਹਾ ਇਧਰ ਗਨੀ ਲਾਈਟ ਸਹੀ ਨਹੀਂ ਆ ਰਹੀ। ਬਸ ਖੀਰਾ ਕਹਿੰਦੇ ਪੈਸੇ ਤੇ ਦੇਣਾ ਕਿੰਨੇ ਦਾ? ਕਿੰਨੇ ਲੱਗੇ ਨੇ ਸਹੀ ਦੱਸੀ? ਅਸਲਾਮੁਅਲੈਕੁਮ, ਕਿਆ ਹਾਲ ਚਾਲ ਹੈ ਸੇਠ? ਕਿਆ ਲੈ ਕੇ ਆਏ ਹੋ ਅੱਜ? ਖੀਰਾ ਬੱਛੜਾ ਕਿਤਨੇ ਕਾ? ਸਾਜੀ ਕਿੰਨੇ ਪੈਸੇ? 180। ਔਰ ਇਹ ਵਾਲਾ? ਇਹ ਵਾਲਾ 65। ਕਿਤਨੇ ਹੈ ਇਹ ਦਾਂਤੋ ਸੇ? ਖੀਰਾ ਹੈ ਦਾਂਤੋ ਮੇਂ? ਖੀਰਾ ਹੈ ਦੋਨਾਂ ਨਹੀਂ ਹੈ ਯਾਰ ਕੋਈ? ਇਹ 160 ਰੁਪਏ। ਕੌਣ ਸਾ? ਇਹ ਵਾਲਾ ਕਿਤਨੇ ਕਾ ਦੇਗਾ? ਇਹ ਫਾਈਨਲ 95 ਦਾ। ਓਏ ਹੋਏ ਰੇਟ ਬਹੁਤ ਬੜਾ ਦਿਆ ਤੁਮਨੇ। ਕਿਤਨੇ ਪੈਸੇ ਛੋਟੇ ਸੇ ਬੱਚੇ ਕੇ? ਇਸ ਬੱਚੇ ਦੇ 1,30,000। ਔਰ ਨਾਲ ਤੂੰ ਵੀ ਜਾਣਾ? ਨਾਲ ਇਹਨੂੰ ਲੈ ਦੇ ਮੁੰਡੇ ਨੂੰ। ਕਿੰਨੇ ਪੈਸੇ? ਸਹੀ 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 1,10। 1,10 ਲੈ, ਉਹੀ ਗੱਲ ਹੋਈ ਨਾ ਇਹ ਤੇ। ਮਾਸ਼ਾ ਅੱਲਾ ਛੋਟਾ ਸਾ ਹੈ ਇਹ ਕਾਲਾ ਮੱਛੜਾ। ਕਿੰਨੇ ਪੈਸੇ ਮੰਗ ਰਹੇ ਹੋ? 1,35। ਉੱਤੋਂ 1,35। ਅੱਲਾ ਮਾਫ਼ੀ ਕਰੇ ਜਿਤਨੇ ਰੇਟ ਬੜ ਗਏ ਹੈ। ਜਨਾਬ ਕੀ ਬਾਤ ਠੀਕ ਹੈ? ਇਸ ਦਫ਼ਾ ਲੱਗ ਰਿਹਾ ਕੁਰਬਾਨੀ ਜਾਣਾ ਮੁਸ਼ਕਿਲ ਹੀ ਹੋ ਜਾਣੀ ਹੈ। ਇਹਦੇ ਨਾਲ ਵਾਲੇ ਦੇ ਦੁੰਦਾ 1,05,000। ਖੀਰਾ ਹੈ ਵੀ ਛੋਟਾ ਸਾ ਹੈ ਯਾਰ, ਇਹ ਗਹਿੰਦੇ ਹੀ ਰਹਿੰਦੇ ਇਤਨੇ ਸੇ ਛੋਟੇ ਛੋਟੇ ਸੇ, ਫਿਰ ਵੀ ਇਤਨੇ ਪੈਸੇ ਮੰਗ ਰਹੇ। ਨਹੀਂ ਜੀ, ਇਹ ਤੀ ਅੱਜ ਬੱਛੜੋਂ ਕੀ ਵੀਡੀਓ। ਹੋਪ ਕਿ ਆਪਕੋ ਪਸੰਦ ਆਈ ਹੋਗੀ। ਲਾਈਕ ਕਮੈਂਟ ਸ਼ੇਅਰ ਔਰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਔਰ ਬਹੁਤ ਬਹੁਤ ਰੇਟ ਪੜ ਗਿਆ ਜੋ ਹਿਸਾਬ ਕਿਤਾਬ ਹੈ ਨਾ, ਉਹ ਮੈਂ ਵੀ ਹਮਾਰ ਦੋਸਤ ਵੀਡੀਓ ਬਤਾ ਰਹਾ ਥਾ ਕਿ ਜੋ 100 ਕਿਲੋ ਕਾ ਬੱਛੜਾ ਨਾ ਜ਼ਿੰਦਾ, ਉਹ ਕਿਤਨੇ ਕਾ ਹੋ ਗਿਆ? ਤੈਨੂੰ ਆਪਣੇ ਬੱਚੇ ਨੂੰ ਉਸਕੋ ਵੀ ਇੱਕ ਪਾਰਟੀ ਮੇਰੇ ਸਾਹਮਣੇ 50,000 ਰੁਪਇਆ ਲਗਾ ਕੇ ਗਈ ਹੈ, 16 ਕਿਲੋ ਹੈਗਾ ਤਾਂ ਉਸਨੇ ਨਹੀਂ ਦਿਆ। ਤਾਂ ਉਸਕੇ ਅੰਦਰ ਗੋਸ਼ਤ 30,000 ਰੁਪਏ ਕਾ ਗੋਸ਼ਤ ਹੈ ਜੋ ਹਮਨੇ ਹਿਸਾਬ ਲਗਾਇਆ। ਆਪ ਮੈਨੇ ਉਸਕਾ ਹਿਸਾਬ 3 ਮਨ ਕੇ ਹਿਸਾਬ ਸੇ ਲਗਾਇਆ, 120 ਕੇਜੀ ਕਾ ਹਾਫ ਮੀਟ ਨਿਕਲੇਗਾ ਤਾਂ 60 ਕੇਜੀ ਨਿਕਲੇਗਾ, 500 × 60 ਤੋਂ ਵੋ ਬੰਦਾ 30,000। ਉਸਮੇ 30,000 ਕਾ ਗੋਸ਼ਤ ਹੈ ਰਾਈਟ ਨੋ, ਤੋ 50,000 ਰੁਪਏ ਕਾ ਉਹਨੇ ਪੂਰੀ ਲਾਟ ਨਹੀਂ ਦੀ 16 ਜਨ ਹੋ ਗਈ। ਇਹ ਚੀਜ਼ ਦੇਖਣੇ ਕਿ ਰੇਟ ਕਿਤਨੇ ਬੜ ਗਏ। ਹੁਣ ਫੁੱਲ ਕੱਟ ਹੋਇਆ, ਫੁੱਲ ਕੱਟ ਹੋਇਆ। ਚਲੇ ਜੀ, ਅੱਲਾ ਹਾਫਿਜ਼।